दोस्तों मैं सोचा कि अज वोकर पार्टी नू एक जवाब दिता जाए जिहड़ी उन्होंने कल एक FIR दर्ज की है बिल्कुल बोगस झूठी बेबुनियाद मेरे और राजा वड़िंग के खिलाफ सिर्फ इस करके क्योंकि असी सोशल मीडिया तो एक पोस्ट चकी जिहड़ी कि इन्हां दे एक आम आदमी पार्टी का कोई सोशल मीडिया का इन्हां दा इंचार्ज है शायद अंकित सक्सेना जिस दीआं तस्वीरां भगवंत मान दे शादी दे विच सन उही तस्वीर ला के उसने एक फेसबुक के उत्ते आईडी बनाई हुई है और मेरे ट्विटर अकाउंट ते असी शेयर कीतीआं उह तस्वीरां उस दी एक पोस्ट आउंदी आ कि आ 10-12-14 चेयरमैन जिहड़े ने उह अरविंद केजरीवाल ने नियुक्त करते थले अरविंद केजरीवाल दे सिग्नेचर्स ने सारियां पार्टियां ने बीजेपी ने भी उस पोस्ट नूं चक के ए पुछिआ भगवंत मान नूं कि की पंजाब दा मुख्यमंत्री भगवंत सिंह मान तुसीं आ ਕੋਈ ਜਿਹੜੇ ਚੇਅਰਮੈਨ ਲਾਏ ਜਾ ਰਹੇ ਨੇ ਉਹ ਅਰਵਿੰਦ ਕੇਜਰੀਵਾਲ ਵੱਲੋਂ ਲਾਏ ਜਾ ਰਹੇ ਨੇ ਉਸ ਪੋਸਟ ਨੂੰ ਟਵੀਟ ਕੀਤਾ ਰਾਜਾ ਵੜਿੰਗ ਜਿਹੜੇ ਸਾਡੇ ਪ੍ਰੈਜ਼ੀਡੈਂਟ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਔਰ ਉਸੇ ਹੀ ਪੋਸਟ ਨੂੰ ਮੈਂ ਵੀ ਟਵੀਟ ਕੀਤਾ ਇਹੀ ਸਵਾਲ ਪੁੱਛ ਕੇ ਕਿ ਕੀ ਭਗਵੰਤ ਮਾਨ ਤੁਸੀਂ ਆਪਣੀਆਂ ਤਾਕਤਾਂ ਸਾਰੀਆਂ ਅਰਵਿੰਦ ਕੇਜਰੀਵਾਲ ਨੂੰ ਸਰੈਂਡਰ ਕਰਤੀਆਂ ਕਿ ਜਿਹੜੇ ਪੰਜਾਬ ਸਰਕਾਰ ਦੇ ਚੇਅਰਮੈਨ ਲਾਏ ਜਾ ਰਹੇ ਨੇ ਜਿੱਦਾਂ ਫਾਰਮਰਸ ਕਮਿਸ਼ਨ ਦਾ ਚੇਅਰਮੈਨ ਹੈ ਕੀ ਹੁਣ ਉਹ ਅਰਵਿੰਦ ਕੇਜਰੀਵਾਲ ਲਾਊਗਾ ਪੰਜਾਬ ਨੂੰ ਚਲਾਊਗਾ ਪੰਜਾਬ ਨੂੰ ਔਰ ਇਹ ਅਸੀਂ ਸੋਸ਼ਲ ਮੀਡੀਆ ਤੇ ਜਿਹੜੀ ਸਰਕੂਲੇਟ ਹੋ ਰਹੀ ਸੀ ਪੋਸਟ ਉਸ ਨੂੰ ਸਿਰਫ ਟਵੀਟ ਕੀਤਾ ਉਹਨੂੰ ਫੇਸਬੁੱਕ ਤੇ ਵੀ ਨਹੀਂ ਪਾਇਆ ਸੀਗਾ ਇਕੱਲਾ ਟਵਿੱਟਰ ਤੇ ਸੀਗਾ ਤੇ ਕੱਲ ਰਾਤ ਪਤਾ ਲੱਗਿਆ ਕਿ ਵੋਕਰ ਪਾਰਟੀ ਨੇ ਦਬਾਅ ਪਾ ਕੇ ਪੁਲਿਸ ਤੇ ਸਾਡੇ ਦੋਨਾਂ ਦੇ ਉੱਤੇ FIR ਦਰਜ ਕਰਤੀ ਬੀਜੇਪੀ ਛੱਡ ਦਿੱਤੀ ਵਿੱਚੋਂ ਇਹ ਹੁਣ ਆਪੇ ਤੁਸੀਂ ਸਮਝ ਜਾਓਗੇ ਕਿ ਬੀਜੇਪੀ ਨੂੰ ਕਿਉਂ ਛੱਡਿਆ ਜਾਂ ਤਾਂ ਬੀਜੇਪੀ ਤੋਂ ਡਰਦੇ ਨੇ ਇਹ ਵੋਕਰ ਪਾਰਟੀ ਤੇ ਜਾਂ ਫਿਰ ਬੀਜੇਪੀ ਦੇ ਨਾਲ ਰਲ ਕੇ ਤੇ ਗੇਮ ਚੱਲ ਰਹੀ ਆ ਬੀਜੇਪੀ ਦੀ ਬੀ ਟੀਮ ਵਜੋਂ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ ਕਿ ਤੁਸੀਂ ਡਰਾਓ ਵਿਰੋਧੀ ਪਾਰਟੀਆਂ ਨੂੰ ਖਾਸ ਤੌਰ ਤੇ ਕਾਂਗਰਸ ਵਾਲਿਆਂ ਨੂੰ ਡਰਾਓ ਤਾਂ ਕਿ ਉਹ ਸਾਡੀ ਝੋਲੀ ਵਿੱਚ ਡਿੱਗ ਜਾਣ ਅੱਗੇ ਕੁਝ ਲੋਕ ਨੇ ਜਿਹੜੇ ਕੁਝ ਲੀਡਰ ਸਾਡੇ ਪੰਜਾਬ ਦੇ ਨੇ ਜਿਹੜੇ ਬੀਜੇਪੀ ਦੀ ਝੋਲੀ ਵਿੱਚ ਜਾ ਕੇ ਡਿੱਗੇ ਨੇ ਇਹ ਹੁਣ ਪਰਚਾ ਜਿਹੜਾ ਦਰਜ ਕੀਤਾ ਇਹ ਪਹਿਲੀ ਵਾਰੀ ਤਾਂ ਸਾਡੇ ਤੇ ਹੋਇਆ ਕੋਈ ਨਹੀਂ ਜੀ ਮਤਲਬ ਮੇਰੇ ਤੇ 7 ਮੁਕੱਦਮੇ ਪਹਿਲਾਂ ਬਾਦਲ ਦੀ ਸਰਕਾਰ ਨੇ ਦਰਜ ਕੀਤੇ ਮੇਰੇ ਤੇ NDPS ਦਾ ਨਾਮ ਜੋੜਿਆ ਜਦੋਂ ਮੈਂ ਰਾਣੇ ਗੁਰਜੀਤ ਨੂੰ ਕੈਬਨਿਟ ਚ ਕਢਾਇਆ ਸੀ ਕੈਪਟਨ ਅਮਰਿੰਦਰ ਸਿੰਘ ਦੀ ਬਤੌਰ ਲੀਡਰ ਆਫ ਆਪੋਜੀਸ਼ਨ ਫਿਰ ਮੇਰੇ ਤੇ ਜੋ ਆਪਾਂ ਕਿਸਾਨਾਂ ਦੇ ਅੰਦੋਲਨ ਚ ਹਿੱਸਾ ਲਿਆ ਫਿਰ ਮੇਰੇ ਤੇ ED ਦਾ ਮੁਕੱਦਮਾ ਦਰਜ ਹੋਇਆ ਫਿਰ ਮੈਨੂੰ ਜੇਲ੍ਹ ਵੀ ਜਾਣਾ ਪੈ ਗਿਆ ਪਰ ਹਮੇਸ਼ਾ ਪੰਜਾਬ ਦੇ ਆਵਾਮ ਨੇ ਪੰਜਾਬ ਦੇ ਲੋਕਾਂ ਨੇ ਤੇ ਉਸ ਪਰਮਾਤਮਾ ਵਾਹਿਗੁਰੂ ਨੇ ਹੱਥ ਰੱਖਿਆ ਹਰ ਗੱਲ ਚੋਂ ਅਸੀਂ ਬਿਲਕੁਲ ਬਾਇੱਜ਼ਤ ਬਰੀ ਹੋ ਕੇ ਨਿਕਲਦੇ ਤੁਰੇ ਆਉਂਦੇ ਹਾਂ ਅੱਜ ਚੰਦ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ ਇੱਕ ਅਰਵਿੰਦਰ ਪਹਿਲਵਾਨ ਸਾਡਾ ਕਬੱਡੀ ਦਾ ਪਲੇਅਰ ਮਾਰਿਆ ਗਿਆ ਸੀ ਕੋਵਿਡ ਦੇ ਦੌਰਾਨ 2020 ਪੁਲਿਸ ਵਾਲਿਆਂ ਨੇ ਗੋਲੀ ਮਾਰ ਕੇ ਮਾਰਤਾ ਸੀ ਕੋਈ ਸ਼ਰਾਬੀ ਸੀ ਪੁਲਿਸ ਵਾਲਾ ਉਹਨੂੰ ਇਨਸਾਫ ਨਹੀਂ ਸੀ ਮਿਲ ਰਿਹਾ ਸੀ ਜਲੰਧਰ ਆਣ ਕੇ ਪ੍ਰੋਟੈਸਟ ਕੀਤਾ 2020 ਉਹ ਵੀ FIR ਮੇਰੇ ਤੇ ਕੋਈ 3 ਦਰਜਨ ਸਾਡੇ ਵਰਕਰਾਂ ਦੇ ਭੁਲੱਥ ਜਾਣੇ ਤੇ ਦਰਜ ਕਰ ਦਿੱਤੀ ਚੰਦ ਦਿਨ ਪਹਿਲਾਂ ਹਾਈਕੋਰਟ ਨੇ ਉਸ FIR ਨੂੰ ਵੀ ਕੁਐਸ਼ ਕੀਤਾ ਮੇਰੇ ਹੱਕ ਵਿੱਚ ਫੈਸਲਾ ਦਿੱਤਾ ਸੋ ਜਦੋਂ ਤੁਸੀਂ ਕੰਮ ਠੀਕ ਕਰ ਰਹੇ ਹੋ ਜਦੋਂ ਤੁਸੀਂ ਆਪਣੇ ਸੂਬੇ ਦੇ ਹੱਕਾਂ ਲਈ ਲੜ ਰਹੇ ਹੋ ਬਿਲਕੁਲ ਇਮਾਨਦਾਰੀ ਦੇ ਨਾਲ ਉਦੋਂ ਮੈਂ ਜਿੱਦਾਂ ਕਿਹਾ ਕਿ ਕੁਦਰਤ ਤੇ ਵਾਹਿਗੁਰੂ ਵੀ ਸਾਥ ਦਿੰਦਾ ਤੇ ਸਾਰੇ ਪਰਚੇ ਜਿਹੜੇ ਸੀਗੇ ਉਹ ਰੱਦ ਹੁੰਦੇ ਤੁਰੇ ਗਏ ਆਹ ਹੁਣ ਇਹਨਾਂ ਨੇ ਕੱਲ ਕਰ ਦਿੱਤਾ ਸ਼ਾਇਦ ਇਹਨਾਂ ਦੇ ਜਿਹੜਾ ਵੋਕਰ ਪਾਰਟੀ ਦੀ ਟੀਮ ਹੈ ਜਿਹੜੇ ਬਾਹਰੋਂ ਆਉਂਦੇ ਨੇ ਦਿੱਲੀਓਂ ਦੁਨੀਓਂ ਬੈਠੇ ਹੋਣੇ ਉਹ ਕਹਿਣਗੇ ਅਬ ਤੋਂ ਬਹੁਤ ਡਰੇਂਗੇ ਖਹਿਰਾ ਸਾਹਿਬ ਅਬ ਤੋਂ ਰਾਜਾ ਵੜਿੰਗ ਤੋਂ ਬਸ ਹਮਾਰੇ ਪੈਰ ਹੀ ਪਕੜੇਂਗੇ ਅਬ ਤੋਂ ਇਨਕੇ ਪਾਸ ਕੋਈ ਔਰ ਚਾਰਾ ਨਹੀਂ ਔਰ ਕਮਲਿਓ ਤੁਹਾਨੂੰ ਲੱਗਦਾ ਸੀ ਇੱਥੇ ਕਮਜ਼ੋਰ ਹੈ ਆ ਤੁਹਾਡੀਆਂ ਇੱਕ ਮੈਂ ਹੁਣ ਲਫ਼ਜ਼ ਮੇਂ ਤੋਂ ਨਿਕਲ ਚੱਲਿਆ ਸੀਗਾ ਫੁੱਦੂ ਜੀ FIR ਤੋਂ ਡਰ ਜਾਾਂਗੇ ਅਸੀਂ ਜਿੰਨੇ ਮਰਜ਼ੀ ਪਰਚੇ ਦਰਜ ਕਰੋ ਇਹਦੇ ਨਾਲ ਵੱਧ ਕਰਕੇ ਦੇਖੋ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹਾਂ ਉਹਨਾਂ ਦੇ ਹੱਕ ਦੀ ਗੱਲ ਕਰਾਂਗੇ ਉਹਨਾਂ ਦੇ ਹੱਕ ਦੀ ਗੱਲ ਲੜਦੇ ਰਵਾਂਗੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਲੜਾਈ ਜਾਰੀ ਰਹੇਗੀ ਕਿਸਾਨਾਂ ਦੀ ਆਤਮਹੱਤਿਆ ਦਾ ਮੁੱਦਾ ਜਾਰੀ ਰਹੇਗਾ ਲਮਜ਼ੀ ਸਕਿਨ ਡਿਜ਼ੀਜ਼ ਜਿਹਦੇ ਨਾਲ ਲਗਭਗ 1 ਲੱਖ ਸਾਡਾ ਪਸ਼ੂ ਮਰ ਗਿਆ ਪੰਜਾਬ ਦੇ ਵਿੱਚ ਤੁਸੀਂ ਕੁਝ ਵੀ ਨਹੀਂ ਕਰ ਸਕੇ ਮੂੰਗੀ ਦੀ ਫਸਲ ਤੁਸੀਂ ਸਿਰਫ 66 ਕਰੋੜ ਰੁਪਇਆ ਰੱਖ ਕੇ ਪੰਜਾਬ ਦੇ ਕਿਸਾਨਾਂ ਦਾ ਸ਼ੋਸ਼ਣ ਕੀਤਾ ਵਾ ਹਰ ਪੰਜਾਬ ਦੇ ਕਿਸਾਨ ਜਿਹਨੂੰ ਤੁਸੀਂ 7275 ਰੁਪਏ ਕੁਇੰਟਲ ਵਾਅਦਾ ਕੀਤਾ ਸੀ ਕਿਸੇ ਨੇ 3500 ਨੂੰ ਕੁਇੰਟਲ ਵੇਚੀ ਕਿਸੇ ਨੇ 4000 ਨੂੰ ਕੁਇੰਟਲ ਵੇਚੀ ਆਹ ਤੁਹਾਡੀ ਪੰਜਾਬ ਦੀ ਸਰਕਾਰ ਦੀ ਦੇਣ ਹੈਗੀ ਹੈ ਔਰ ਜਿੰਨਾ ਝੂਠ ਤੁਸੀਂ ਬੋਲਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਮੈਂ ਪੁੱਛਣਾ ਚਾਹੁੰਦਾ ਹਾਂ ਭਗਵੰਤ ਮਾਨ ਜੀ ਨੂੰ ਕਿ ਜਿਹੜਾ ਕੇਜਰੀਵਾਲ Z+ ਸਿਕਿਉਰਿਟੀ ਲੈ ਕੇ ਗਿਆ ਪੰਜਾਬ ਚੋਂ ਜਿੱਥੇ ਉਹਨੇ ਕਾਗਜ਼ਾਂ 'ਚ ਆਪਣੇ ਆਪ ਨੂੰ ਪੰਜਾਬ ਦਾ ਆਮ ਆਦਮੀ ਪਾਰਟੀ ਦੇ ਕਨਵੀਨਰ ਬਿਆਨ ਕੀਤਾ ਹਾਈਕੋਰਟ ਦੇ ਵਿੱਚ ਡਾਕੂਮੈਂਟਸ ਪੇਸ਼ ਕੀਤੇ ਨੇ ਕਿ ਉਹਦੇ ਤੇ ਪਰਚਾ ਦਰਜ ਹੋਵੇਗਾ ਜਿੱਦਾਂ ਸਾਡੇ ਤੇ FIR ਦਰਜ ਕੀਤੀ ਆ ਕੋਈ ਫੇਕ ਪੋਸਟ ਸ਼ੇਅਰ ਕਰਨ ਦਾ ਉਹ ਵੀ ਫੇਕ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਰਹੇਗਾ ਪੰਜਾਬ ਦਾ ਉਹ ਫੇਕ ਆ ਕਿ ਉਹਤੇ ਪਰਚਾ ਦਰਜ ਹੋਵੇਗਾ ਨਹੀਂ ਕਰ ਸਕੋਗੇ ਔਰ ਦੂਜਾ ਸਿੱਧੂ ਮੂਸੇਵਾਲਾ
ਸਾਡਾ ਇੱਕ ਹੋਣਹਾਰ ਕਲਾਕਾਰ ਨੌਜਵਾਨ ਵਿਸ਼ਵ ਪ੍ਰਸਿੱਧ ਤੁਹਾਡੀ ਨਲਾਇਕੀ ਕਰਕੇ ਮਾਰਿਆ ਗਿਆ ਤੁਸੀਂ ਉਹਦੀ ਸਿਕਿਉਰਿਟੀ ਵਾਪਸ ਲੈ ਲਈ ਆਪਣੇ ਆਫੀਸ਼ੀਅਲ ਪੇਜਾਂ ਦੇ ਉੱਤੇ ਸ਼ੇਅਰ ਕੀਤਾ ਤੇ ਅਗਲੇ ਦਿਨ ਹੀ ਉਹਦਾ ਕਤਲ ਹੋ ਜਾਂਦਾ ਵਾ ਆਮ ਆਦਮੀ ਪਾਰਟੀ ਦੇ ਸਰਕਾਰੀ ਪੇਜਾਂ ਤੇ ਸ਼ੇਅਰ ਕੀਤਾ ਵੈਰੀਫਾਈਡ ਤੇ ਜਿਹੜਾ ਪੰਜਾਬ ਸਰਕਾਰ ਦੇ ਵੈਰੀਫਾਈਡ ਪੇਜਸ ਆ ਡਾਇਰੈਕਟਰ ਸੋਸ਼ਲ ਡਾਇਰੈਕਟਰ ਪਬਲਿਕ ਰਿਲੇਸ਼ਨਸ ਉਹਦੇ ਪੇਜਾਂ ਤੇ ਸ਼ੇਅਰ ਕੀਤਾ ਕੀ ਤੁਹਾਡੇ ਤੇ ਪਰਚਾ ਦਰਜ ਹੋਵੇਗਾ ਉਸ ਅਸੀਂ ਤਾਂ ਸਾਡੇ ਇਸ ਪੋਸਟ ਸ਼ੇਅਰ ਕਰਨਾ ਕਿਸੇ ਦਾ ਕੁਝ ਰੀਟ ਵੀ ਨਹੀਂ ਵੱਜੀ ਸੀਗੀ ਤੁਹਾਡੀ ਨਲੇਕੀ ਕਰਕੇ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਜਿਹੜੇ ਅੱਜ ਤੱਕ ਉਹਦੇ ਮਾਤਾ ਔਰ ਪਿਤਾ ਇਨਸਾਫ ਲਈ ਲੜਾਈ ਲਈ ਦਰ ਦਰ ਠੁਕਰਾ ਖਾ ਰਹੇ ਨੇ ਔਰ ਉਲਟਾ ਉਹਨਾਂ ਨੂੰ ਧਮਕੀਆਂ ਆ ਰਹੇ ਨੇ ਜਿਹੜੇ ਤੁਸੀਂ ਕਹਿੰਦੇ ਗੈਂਗਸਟਰਸ ਖਤਮ ਕਰ ਦੇਣੇ ਪੰਜਾਬ ਦੇ ਵਿੱਚ ਅੱਜ ਵੀ ਉਹਨਾਂ ਨੂੰ ਧਮਕੀਆਂ ਆ ਰਹੀਆਂ ਸੋ ਮੇਰੀ ਬੋਕਰ ਪਾਰਟੀ ਨੂੰ ਇਹ ਦਲੀਲ ਹੀ ਕਹਿ ਸਕਦਾ ਅਪੀਲ ਤਾਂ ਇਹਨਾਂ ਨੂੰ ਕਾਹਦੀ ਕਰਨੀ ਇਹਨਾਂ ਨੂੰ ਅਪੀਲ ਕੋਈ ਸਮਝ ਨਹੀਂ ਆਉਂਦੀ ਕਮਲੇ ਬੰਦੇ ਨੇ ਮੈਂ ਤੁਹਾਨੂੰ ਦਲੀਲ ਦੇਣਾ ਚਾਹੁੰਦਾ ਕਿ ਇਦਾਂ ਦੀਆਂ ਪਰਚੇ ਜਿਹੜੇ ਕਰਦੇ ਹੋ ਨਾ ਇਹ ਤੁਹਾਡੇ ਦਿੱਲੀ ਦੇ ਭਈਏ ਡਰਦੇ ਹੋਣਗੇ ਅਸੀਂ ਨਹੀਂ ਡਰਦੇ ਇਹਨਾਂ ਪਰਚਿਆਂ ਦੇ ਉੱਤੋਂ ਜਿੰਨੇ ਮਰਜ਼ੀ ਪਰਚੇ ਦਰਜ ਕਰੋ ਸਾਹਮਣੇ ਖੜ ਕੇ ਤੁਹਾਡਾ ਕਰਾਂਗੇ ਦੱਸੋ ਕਿੱਥੇ ਆਉਣਾ ਕਿਹੜੇ ਮੁਹੱਲੇ ਦੇ ਥਾਣੇ ਵਿੱਚ ਆਣ ਕੇ ਇਸ ਐਫ ਆਈ ਆਰ ਦਾ ਜਵਾਬ ਦੇਣਾ ਦੇਣ ਲਈ ਤਿਆਰ ਹਾਂ ਸੋ ਮੈਂ ਪੰਜਾਬ ਦੇ ਸਾਰੇ ਅਖਲਾਕੀ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਸਾਡੇ ਸਮਰਥਨ ਕਰਦੇ ਨੇ ਜਿਹੜੇ ਸਾਡੀ ਸਪੋਰਟ ਕਰਦੇ ਆ ਮੈਂ ਤਾਂ ਅੱਜ ਦਿੱਲੀ ਆਇਆ ਸੀ ਰਾਤ ਕਿਉਂਕਿ ਸਾਡਾ ਅੱਜ ਕਾਂਗਰਸ ਦਾ ਮਹਿੰਗਾਈ ਦੇ ਖਿਲਾਫ ਰਾਮਲੀਲਾ ਮੈਦਾਨ ਦੇ ਵਿੱਚ ਬਹੁਤ ਵੱਡਾ ਇਕੱਠ ਹੋ ਰਿਹਾ ਵਾ ਅਸੀਂ ਤਾਂ ਉੱਥੇ ਪਹੁੰਚਣਾ ਵਾ ਪਰ ਫਿਰ ਵੀ ਮੈਂ ਸੋਚਿਆ ਕਿ ਉੱਥੇ ਜਾਣ ਤੋਂ ਪਹਿਲਾਂ ਆਪਣੇ ਭੈਣਾਂ ਭਰਾਵਾਂ ਨਾਲ ਵਿਸ਼ਵ ਬੈਠੇ ਪੰਜਾਬੀਆਂ ਦੇ ਨਾਲ ਆਪਣੇ ਜਜ਼ਬਾਤ ਸ਼ੇਅਰ ਕਰਾਂ ਦੱਸਦਿਆਂ ਕਿਉਂਕਿ ਕੁਝ ਲੋਕਾਂ ਨੂੰ ਲੱਗਦਾ ਹੁੰਦਾ ਕਿ ਸ਼ਾਇਦ ਮੈਨੂੰ ਮੈਸੇਜ ਭੇਜਦੇ ਸੀ ਘਬਰਾਉਣਾ ਨਹੀਂਗਾ ਦੇਖੋ ਮੈਂ ਕੋਈ ਲੋਹੇ ਦਾ ਇਨਸਾਨ ਨਹੀਂਗਾ ਮੈਂ ਵੀ ਤੁਹਾਡੇ ਵਾਂਗੂ ਇਨਸਾਨ ਹਾਂ ਪਰ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਦ ਮੈਨੂੰ ਪਤਾ ਵਾ ਕਿ ਮੈਂ ਠੀਕ ਹਾਂ ਮੈਂ ਸੱਚਾ ਹਾਂ ਮੈਂ ਗਲਤ ਕੰਮ ਕੋਈ ਨਹੀਂ ਕੀਤਾ ਉਦੋਂ ਅੰਦਰੋਂ ਹੀ ਡਰ ਨਹੀਂ ਕੋ ਲੱਗਦਾ ਡਰ ਉਹਨਾਂ ਨੂੰ ਲੱਗਦਾ ਵਾ ਜਿਹੜੇ ਅੰਦਰੋਂ ਝੂਠੇ ਹੁੰਦੇ ਨੇ ਜਿਹੜੇ ਆਪ ਬੇਈਮਾਨ ਹੁੰਦੇ ਨੇ ਜਿਹੜੇ ਫਰੌਡ ਹੁੰਦੇ ਨੇ ਉਹਨਾਂ ਨੂੰ ਡਰ ਲੱਗਦਾ ਵਾ ਮੈਂ ਅੱਜ ਤੱਕ ਜ਼ਿੰਦਗੀ ਜਿੰਨੇ ਵੀ ਮੇਰੇ ਤੇ ਇਹਨਾਂ ਨੇ ਇਲਜ਼ਾਮ ਲਾਏ ਨੇ ਸਟਾਰਟਿੰਗ ਫਰੋਮ ਬਾਦਲ ਫੈਮਿਲੀ ਅਪ ਟਿਲ ਈਡੀ ਇੱਕ ਇੱਕ ਇਲਜ਼ਾਮ ਦਾ ਠੋਕਵਾਂ ਜਵਾਬ ਦਿੱਤਾ ਤੇ ਅੱਜ ਬੋਕਰ ਵਾਲਿਆਂ ਨੂੰ ਠੋਕਵਾਂ ਜਵਾਬ ਤੁਹਾਨੂੰ ਦੇ ਰਿਹਾ ਵਾਂ ਇਸ ਤੋਂ ਬਾਅਦ ਜੋ ਤੁਹਾਡਾ ਦਿਲ ਕਰਦਾ ਤੁਸੀਂ ਕਰ ਸਕਦੇ ਹੋ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਬਚਾਏ ਇਸ ਤਰ੍ਹਾਂ ਦੀ ਰਾਜਨੀਤੀ ਹੋਛੀ ਤੇ ਘਟੀਆ ਰਾਜਨੀਤੀ ਕਰਨ ਨਾਲੋਂ ਜਿਹੜਾ ਤੁਹਾਨੂੰ ਲੋਕਾਂ ਨੇ ਮੈਂਡੇਟ ਦਿੱਤਾ ਨਾ ਉਹ ਕੰਮ ਕਰੋ ਲੋਕਾਂ ਦੇ ਤੁਸੀਂ ਜਿਹੜਾ ਸਕੂਲਾਂ ਦੀ ਗੱਲ ਕਰਦੇ ਸੀਗੇ ਉਹ ਕਰਕੇ ਦਿਖਾਓ ਤੁਸੀਂ ਆਮ ਆਦਮੀ ਪਾਰਟੀ ਕਲੀਨਿਕਸ ਤਾਂ ਬਣਾ ਰਹੇ ਹੋ ਪਰ ਜਿਹੜੀਆਂ ਸਾਡੀਆਂ ਪੇਂਡੂ ਡਿਸਪੈਂਸਰੀਆਂ ਨੇ ਉਹ 1 ਅਪ੍ਰੈਲ ਤੋਂ ਦਵਾਈਆਂ ਤੋਂ ਵਾਂਝੀਆਂ ਨੇ ਇੱਧਰ ਜੋ ਪੈਸੇ ਬਰਬਾਦ ਕਰੀ ਦਿੰਦੇ ਹੋ ਸਿਰਫ ਕੇਜਰੀਵਾਲ ਦੇ ਹੋਮੇ ਨੂੰ ਪੱਠੇ ਪਾਉਣ ਵਾਸਤੇ ਸਾਡੀਆਂ ਡਿਸਪੈਂਸਰੀਆਂ ਠੀਕ ਕਰੋ ਬੱਚਿਆਂ ਨੂੰ ਰੋਜ਼ਗਾਰ ਦਿਓ ਇਹ ਹੈ ਤੁਹਾਡਾ ਕੰਮ ਪਰਚੇ ਦਰਜ ਕਰਕੇ ਲੋਕਾਂ ਨੂੰ ਡਰਾਉਣਾ ਧਮਕਾਉਣਾ ਤੁਹਾਡਾ ਕੰਮ ਨਹੀਂਗਾ ਔਰ ਪੁਲਿਸ ਦੇ ਅਫਸਰ ਨੂੰ ਮੈਂ ਕਹਿਣਾ ਚਾਹੁੰਦਾ ਤੁਹਾਡੇ ਨਾਲ ਘੱਟ ਹੋਈ ਅੱਗੇ ਬੱਗੀ ਵਾਲੇ ਕੇਸ ਚ ਪਰਚਾ ਦਰਜ ਕਰਾ ਕੇ ਬਹਿ ਗਏ ਨਾ ਇਹਨਾਂ ਦੇ ਕਹਿਣ ਦੇ ਉੱਤੇ ਕਮਲਿਆਂ ਦੇ ਕਹਿਣ ਦੇ ਉੱਤੇ ਦਿੱਲੀ ਗਏ ਤੁਹਾਡੇ ਸੀਨੀਅਰ ਅਫਸਰ ਦੇ ਉੱਤੇ ਐਫ ਆਈ ਆਰ ਦਰਜ ਹੈ ਦਿੱਲੀ ਪੁਲਿਸ ਸਟੇਸ਼ਨ ਦੇ ਵਿੱਚ ਤੇ ਤੁਸੀਂ ਇਹਨਾਂ ਦੇ ਕਹਿਣ ਤੇ ਕੰਮ ਕਰ ਦਿਓ ਬੰਦ ਉਹਨਾਂ ਨੂੰ ਕਹੋ ਜਵਾਬ ਦਿਓ ਕਿ ਅਸੀਂ ਸਾਡੀ ਪੁਲਿਸ ਤੁਹਾਡੀ ਬਦਲਾਖੋਰੀ ਦਾ ਹਿੱਸਾ ਬਣਨ ਵਾਸਤੇ ਨਹੀਂ ਅਸੀਂ ਵਰਦੀਆਂ ਪਾਈਆਂ ਹੋਈਆਂ ਇਹ ਕੇਜਰੀਵਾਲ ਦੀ ਬਦਲਾਖੋਰੀ ਦਾ ਪਰਚਾ ਹੈ ਸਾਡੇ ਤੇ ਕੇਜਰੀਵਾਲ ਰੋਜ਼ ਜਦੋਂ ਚੱਕਦਾ ਹੋਣਾ ਟਵਿੱਟਰ ਤੇ ਸੋਸ਼ਲ ਮੀਡੀਆ ਉਹ ਦੇਖਦਾ ਹੋਣਾ ਕਿ ਮੇਰੇ ਖਿਲਾਫ ਟਵੀਟ ਹੋ ਰਹੀ ਆ ਖਹਿਰੇ ਨੇ ਕਰਤਾ ਰਾਜੇ ਨੇ ਕਰਤਾ ਪ੍ਰਤਾਪ ਬਾਜਵੇ ਨੇ ਕਰਤਾ ਫਲਾਨੇ ਨੇ ਕਰਤਾ ਤੇ ਉਹਨੂੰ ਉਹਦੀ ਨਫ਼ਰਤ ਦੀ ਭਾਵਨਾ ਜਾਗੀ ਆ ਉਹਦੇ ਕਹਿਣ ਤੇ ਪਰਚਾ ਦਰਜ ਕੀਤਾ ਭਗਵੰਤ ਸਿੰਘ ਮਾਨ ਸ਼ਾਇਦ ਨਫ਼ਰਤ ਤਾਂ ਭਗਵੰਤ ਵੀ ਕਰਦਾ ਸਾਡੇ ਤੋਂ ਪਰ ਸ਼ਾਇਦ ਇੰਨੀ ਨਹੀਂ ਕਰਦਾ ਜਿੰਨੀ ਕੇਜਰੀਵਾਲ ਦੇ ਮਨ ਵਿੱਚ ਨਫ਼ਰਤ ਦੀ ਭਾਵਨਾ ਵਾ ਪਹਿਲਾਂ ਅਲਕਾ ਲਾਂਬਾ ਦੇ ਪਰਚਾ ਉੱਥੇ ਮੂੰਹ ਦੀ ਖਾਣੀ ਪਈ ਫਿਰ ਡਾਕਟਰ ਵਿਸ਼ਵਾਸ ਕੁਮਾਰ ਵਿਸ਼ਵਾਸ ਦੇ ਪਰਚਾ ਉਹਦੇ ਮੂੰਹ ਦੀ ਖਾਣੀ ਪਈ ਔਰ ਉਸ ਤੋਂ ਬਾਅਦ ਬੱਗੇ ਨੂੰ ਜਦੋਂ ਚੱਕਣ ਗਏ ਉੱਥੇ ਤਾਂ ਹੱਦ ਹੀ ਕਰਾ ਲਈ ਇਹਨਾਂ ਨੇ ਆਪਣੀ ਬੇਇੱਜ਼ਤੀ ਕਰਾ ਕੇ ਪੁਲਿਸ ਦਾ ਉੱਥੇ ਚੋਰਾਂ ਵਾਂਗੂ ਫਿਰਦੀ ਸੀ ਪੰਜਾਬ ਦੀ ਪੁਲਿਸ ਮੇਰੇ ਪੁਲਿਸ ਆਫਿਸਰ ਨੂੰ ਬੇਨਤੀ ਆ ਡੂ ਨਾਟ ਲਿਸਨ ਟੂ ਦੇਅਰ ਯੂ ਨੋ ਅਨਫੇਅਰ ਡਿਕਟੇਟਸ ਡੂ ਨਾਟ ਇੰਪਲੀਮੈਂਟ ਦੇ ਰੋਂਗ ਪੋਲ ਤੁਸੀਂ ਪਾਰਟੀ ਬਣ ਰਹੇ ਹੋ ਸਮਾਂ ਬਦਲਣ ਨੂੰ ਦੇਰ ਨਹੀਂ ਲੱਗਦਾ ਹੁੰਦਾ ਸਮਾਂ ਪਤਾ ਕੋਈ ਨਹੀਂ ਸਮਾਂ ਬਹੁਤ ਬਲਵਾਨ ਹੁੰਦਾ ਵਾ ਤੇ ਫਿਰ ਤੁਹਾਨੂੰ ਸਭ ਨੂੰ ਜਵਾਬ ਦੇਣਾ ਪਊ ਚਲੋ ਸਾਡੀ ਕਚਹਿਰੀ ਤਾਂ ਤੁਸੀਂ ਕੀ ਜਵਾਬ ਦੇਣਾ ਵਾ ਇੱਥੋਂ ਦੀਆਂ ਕੋਟਾਂ ਕਚਹਿਰੀਆਂ ਜੋ ਵੀ ਤੁਸੀਂ ਬਚ ਸਕਦੇ ਹੋ ਤੁਸੀਂ ਬੱਚੇ ਮਾਰ ਦਿੱਤੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਦਿੱਤੇ ਇੱਥੋਂ ਤਾਂ ਬਚ ਗਏ ਹੋ ਨਾ ਪਰ ਉਹਨਾਂ ਦਾ ਹਸ਼ਰ ਦੇਖ ਲਓ ਕੀ ਹੋ ਰਿਹਾ ਵਾ ਉਸ ਪਰਮਾਤਮਾ ਦੀ ਅਦਾਲਤ ਵਿੱਚ ਕੋਈ ਸੁਸਾਈਡ ਕਰ ਰਿਹਾ ਵਾ ਕਿਸੇ ਨੂੰ ਨੀਂਦ ਨਹੀਂ ਆਉਂਦੀ ਕੋਈ ਸ਼ਰਾਬ ਪੀ ਕੇ ਗੋਲੀਆਂ ਖਾ ਕੇ ਸੌਂਦਾ ਅੱਜ ਵੀ ਇਹ ਹਸ਼ਰ ਉਸ ਦੀ ਅਦਾਲਤ ਵਿੱਚ ਹੁੰਦਾ ਇਸ ਲਈ ਪੁਲਿਸ ਵਾਲਿਆਂ ਨੂੰ ਹੈਗਾ ਕਿ ਕਿਸੇ ਦੇ ਕਹਿਣ ਤੇ ਗਲਤ ਕੰਮ ਨਾ ਕਰੋ ਔਰ ਕੇਜਰੀਵਾਲ ਕਿੱਥੋਂ ਸਟਾਰਟ ਹੋਇਆ ਜੀ ਮੈਂ ਵਿਸਲ ਬਲੋਰ ਹੈ ਅੰਨਾ ਹਜ਼ਾਰੇ ਕੇ ਹੈ ਜਨ ਲੋਕਪਾਲ ਬਿੱਲ ਬਣਾਏਗੇ ਸਵਰਾਜ ਲਾਏਗੇ ਭਾਰਤ ਮੇ ਤੇ ਕਿੱਥੇ ਆ ਕੇ ਡਿੱਗਿਆ ਵਾ ਉਹ ਜਿਹੜੀ ਬੀਜੇਪੀ ਤੋਂ ਪੁਰਾਣੀਆਂ ਪਾਰਟੀਆਂ ਦੀ ਸਭ ਤੋਂ ਘਟੀਆ ਰਾਜਨੀਤੀ ਤਾਂਹੀਓ ਹੁਣ ਪੰਜਾਬ ਦੇ ਲੋਕਾਂ ਨੇ ਤੇ ਭਾਰਤ ਦੇ ਲੋਕਾਂ ਨੇ ਕੇਜਰੀਵਾਲ ਦਾ ਨਾਮ ਰੱਖਣਾ ਕਰਤਾ ਸ਼ੁਰੂ ਛੋਟਾ ਮੋਦੀ ਬੁੱਕ ਰਾਲਿਓ
समझ लो तो लीडर का नाम छोटा मोदी पैन जा रहा वा इन्हां हरकतां दे करके। बाकी तो इच्छा जो तुसी करना कर सकते हो। अगर तुहानू मेरे विचार ठीक लगे ने तां इसनूं ज्यादा तो ज्यादा शेयर करना ताकि वोकर पार्टी तक गल्लां सारियां पहुंच सकन। तुहाडा सारा का बहुत शुक्रिया, धन्यवाद।